ਅਸੀਂ ਕਾਲਜੀ ਸਾਰੇ ਵੀ ਸਾਨੂੰ ਲੋ ਬਾਈ ਅੱਜ ਕਾਲੇ ਵੀਰ ਉਹਨਾਂ ਕੋਲ ਆਏ ਵੇ ਤੇ ਚਲੋ ਅੱਜ ਵਿਹਲੇ ਤੁਸੀਂ ਬਾਈ ਉਹਨਾਂ ਕੋਲ ਗੇੜਾ ਮਾਰ ਕੇ ਆਉਂਦੇ ਹਾਂ ਦੇਖਦੇ ਹਾਂ ਬਾਈ ਉਹਨੇ ਕੋਈ ਪ੍ਰੋਜੈਕਟ ਲੱਗੇ ਹੋਣਾ ਸੀਗਾ ਤਿਆਰ ਕਰਨ ਚਲੋ ਬਾਈ ਉਹਨੂੰ ਜਦ ਆਏਗਾ ਹਾਂ ਜਨਰੇਟਰ ਹੀ ਲੱਗੇ ਹੋਏ ਤਿਆਰ ਕਰਨ ਬਾਈ ਅਤੇ ਚਲੋ ਮਿਲਾਉਂਦੇ ਹਾਂ ਪਹਿਲਾਂ ਸਾਨੂੰ ਕਾਲੇ ਵੀਰ ਉਹਨਾਂ ਨਾਲ ਸਮਾਨ ਵੀ ਲੈ ਥੋੜ੍ਹਾ ਜਿਹਾ ਪਕਾਇਣ ਦਾ ਇਹ ਜਨਰੇਟਰ ਪਰ ਲੱਗੇ ਹੋਏ ਹਾਂ ਜਨਰੇਟਰ ਪਰ ਲੱਗੇ ਹੋਏ ਬਾਈ ਆਸ ਚਾਸੀ ਦਾ ਫਿੱਟ ਕਰਨ ਲੱਗ ਗਿਆ ਨਾ ਠੀਕ ਆ ਅੱਛਾ ਤੇ ਇੰਜਨ ਦੇ ਸਾਰਾ ਕੰਮ ਕਰਤਾ ਹੈਡ ਕ੍ਰੈਂਕ ਦਾ ਹੋ ਗਿਆ ਦਾ ਠੀਕ ਆ ਤੇ ਪਿਸਟਨ ਸਲੀਵ ਰਿੰਗ ਟੁਕੜੀਆਂ ਸਾਰਾ ਹੋ ਗਿਆ ਹੈਡ ਦਾ ਕੰਮ ਹੋ ਗਿਆ ਹਾਂ ਪੰਪ ਵਾਲੇ ਨੂੰ ਪੰਪ ਦੇਣਾ ਮੁੰਡੇ ਨੂੰ ਅੱਛਾ ਠੀਕ ਆ ਜਾਨੂੰ ਹਲੇ ਆਪਾਂ ਚਾਸੀ ਪਰ ਇਹਦੀ ਫਿਟਿੰਗ ਕਰ ਲਈਏ ਹਾਂ ਤੇ ਫਿਟਿੰਗ ਮੁਰੇ ਵਾਲੇ ਪੈਰ ਇੰਜਨ ਦੇ ਬਣਾਤੇ ਠੀਕ ਆ ਰੇਗੂਲੇਟਰ ਦੀ ਫਿਟਿੰਗ ਕਰਤੀ ਠੀਕ ਆ ਹੁਣ ਉਸ ਤੋਂ ਬਾਅਦ ਪਿੱਛੇ ਵਾਲੇ ਪੈਰ ਬਣਾ ਕੇ ਫਰਾਈਵੀਲ ਲਾ ਕੇ ਫਿਰ ਅਲਟਰਨੇਟਰ ਦੀ ਫਿਟਿੰਗ ਕਰਾਂਗੇ ਕਿੰਨੇ ਦਾ ਅਲਟਰਨੇਟਰ ਰੱਖਣਾ ਹੈ ਪਰ ਇਹ ਤਾਂ 20 ਕੇਵੀ ਦਾ ਸਿੰਗਲ ਫੇਜ਼ ਦਾ ਰੱਖਣਾ ਅੱਛਾ 20 ਕੇਵੀ ਦਾ ਸਿੰਗਲ ਫੇਜ਼ ਦਾ ਆਪਣੇ ਉਹਦੇ ਲੋਕਲ ਵਿੱਚ ਹੈ ਠੀਕ ਆ ਕਿੰਨਾ ਬਣਾ ਕੇ ਦੇਣਾ ਤੁਹਾਨੂੰ ਜੀ ਫਿਰ ਆਪਣੇ ਡੀਜੇ ਡੁਗਿਆਣ ਦੇ ਮੰਗਦੇ ਡੀਜੇ ਨੂੰ ਇੱਕ ਬੰਦੇ ਕੋਲ 5 ਘਰ ਦੇ ਏਸੀ ਲੱਗੇ ਹੋਏ ਆ ਅੱਛਾ 5 ਏਸੀ ਜਦੋਂ ਮਤਲਬ ਫ੍ਰੀ ਹੋਏ ਤਾਂ ਉਹਨਾਂ ਦੇ ਡੀਜੇ ਦਾ ਵੀ ਕੰਮ ਆ ਵਿੱਚ ਠੀਕ ਆ ਤੇ ਕਹਿੰਦਾ ਜਦੋਂ ਮੈਨੂੰ ਲੋਡ ਹੋਏ ਤਾਂ ਮੈਂ ਡੀਜੇ ਦੇ ਕੰਮ ਤੇ ਵੀ ਲੈ ਜੇਗਾ ਨਾ ਨਹੀਂ ਘਰਾਂ ਚ ਵੀ ਜਾਏ ਕਰਨਾ ਆਪਣੇ ਠੀਕ ਆ ਮਤਲਬ ਜਦੋਂ ਪਹਿਲਾਂ ਮੇਰੇ ਤੇ ਹੀ ਲੰਦਾ ਹੁੰਦਾ ਡੀਜੇ ਦੇ ਕੰਮ ਵਾਸਤੇ ਅੱਛਾ ਕਹਿੰਦਾ ਫਿਰ ਇੱਕ ਨਵਾਂ ਬਣਾ ਦੇ ਹੁਣ ਤਾਂ ਸਰਦੀਆਂ ਆ ਗਈਆਂ ਵਿਆਹਾਂ ਦਾ ਕੰਮ ਪੂਰਾ ਚੱਲਣਾ ਹਾਂ ਤੇ ਉਹਦੇ ਬਾਅਦ ਕਹਿੰਦਾ ਚੱਲ ਹੁਣ ਜਿੰਨਾ ਟਾਈਮ ਚੱਲਿਆ ਚੱਲਿਆ ਉਹਦੇ ਬਾਅਦ ਆਪਾਂ ਨੇ ਕੰਮ ਤੇ ਲਾ ਲਏ ਕੰਮ ਤੇ ਨਾਲੇ ਘਰਾਂ ਦੋਵੇਂ ਪਾਸੇ ਕੰਮ ਦਊਗਾ ਦੋਨੋਂ ਵਾਸਤੇ ਹੀ ਬਣਾਇਆ ਠੀਕ ਕਹਿੰਦਾ ਘਰ ਦੇ 5 ਏਸੀ ਲੱਗੇ ਹੋਏ ਆਪਣੇ ਘਰਾਂ ਘਰਾਂ ਉਹ ਚਲਾਵੇ ਨਾਲੇ ਮੇਰਾ ਡੀਜੇ ਦਾ ਕੰਮ ਤੇ ਉੱਥੇ ਚੱਲੀ ਜਾਵੇ ਪੈਰੀ ਸਾ ਲੱਗ ਜਾਣਾ ਇਹਨੂੰ ਰੇਗੂਲੇਟਰ ਨਵਾਂ ਲਾਤਾ ਇੰਜਣ ਪੂਰਾ ਕੰਮ ਕਰਕੇ ਲਾਇਆ ਅਲਟਰਨੇਟਰ ਤਾਂ ਆਪਣਾ ਕੰਮ ਕਰੀ ਹਾਂ ਐਲੀਵੇਟਰ ਦੀਆਂ ਪੱਤੀਆਂ ਤੇ ਉਸ ਤੋਂ ਬਾਅਦ ਐਲੀਵੇਟਰ ਦੇ ਮੂਰੇ ਹੈਲਪਰ ਪੱਤੀਆਂ ਆ ਫਿਰ ਪਹਿਲੇ ਆਪਣੇ ਪਹਿਲਾਂ ਨਹੀਂ ਮਸ਼ੀਨ ਪਹਿਲਾਂ 17 ਮਾਡਲ ਨੂੰ ਪਾਉਣੀ ਆ ਪਰ ਸਾਨੂੰ ਮਸ਼ੀਨ ਦੀ ਵੈਸੇ ਗੈਟਰਮ ਠੀਕ ਦੀ ਅੱਛਾ ਸਟੀਲ ਦੀਆਂ ਹੀ ਪੱਤੀਆਂ ਲਾਈਆਂ ਹੁੰਦੀਆਂ ਸਾਨੂੰ ਗੈਟਰਮ ਪਸੰਦ ਆਈ ਤੇ ਬਹੁਤ ਹੈਵੀ ਗੈਟਰਮ ਆ ਠੀਕ ਆ ਤੇ ਜਿਹੜੀ ਆ ਪੱਤੀ ਲਾਈ ਹੋਈ ਆ ਹਾਰਡ ਮਟੀਰੀਅਲ ਦੀ ਕਮਾਣੀ ਟਾਈਪ ਪੱਤੀ ਆ ਠੀਕ ਆ ਵਧੀਆ ਪੱਤੀ ਆ ਤੇ ਇਹਦੇ ਸਰਾਖ ਦੀ ਪ੍ਰੈਸ ਨਾਲੇ ਕੱਢਦੇ ਆ ਬੰਦੇ ਠੀਕ ਆ ਗੈਟਰਮ ਵਧੀਆ ਬਣੀ ਹੋਈ ਆ ਕਹਿੰਦੇ ਅਸੀਂ ਫੈਕਟਰੀਆਂ ਨੂੰ ਕਈ ਫੈਕਟਰੀਆਂ ਨੂੰ ਦਿੰਦੇ ਆ ਮਾਲ ਇਹ ਬਣਾ ਕੇ ਠੀਕ ਆ ਤੇ ਇਹ ਇੱਕ ਕਾਲੇ ਦੂਆ ਕਹਿੰਦੇ 5 ਬੁੱਲੂ ਵਾਲਾ ਵੀ ਕਿਵੇਂ ਹਾਂ ਵੈਸੇ 4 ਵਾਲੇ ਜ਼ਿਆਦਾ ਕਾਮਯਾਬ ਆ ਅੱਛਾ 5 ਵਾਲਾ ਦਾ 5 ਵਾਲਾ ਵੀ ਠੀਕ ਆ ਵੈਸੇ 5 ਵਾਲਾ ਹੀ ਕਦੇ ਵਰਤਿਆ ਨਹੀਂ 4 ਵਾਲਾ ਹੀ ਵਰਤਿਆ 5 ਵਾਲਾ ਕਹਿੰਦੇ ਖਚਾਈ ਪਾਉਂਦਾ ਨਹੀਂ 4 ਵਾਲੇ ਖਚਾਈ ਕਰਦਾ ਤੇ 4 ਪਹਿਲੂ ਫਿਰ ਮਾਲ ਨੂੰ ਫੜੀ ਜਾਂਦੇ ਸੀ ਦੂਰ ਦੂਰ ਤੇ ਠੀਕ ਆ 4 ਵਾਲਾ ਜਿੰਨੇ ਪਹਿਲੂ ਵਧੀ ਜਾਣ ਉਹਨੇ ਮਾਲ ਸਿੱਕੀ ਨੇੜੇ ਨੇੜੇ ਫੜੀ ਜਾਂਦਾ ਵੈਸੇ 4 ਵਾਲਾ ਹੀ ਪਾਉਂਦੀ ਕੰਪਨੀ ਸਾਰੀਆਂ ਹੀ ਠੀਕ 4 ਵਾਲੇ ਕਾਮਯਾਬ ਜੇ ਕਾਮਯਾਬ ਤਾਂ ਹੀ ਪਾਉਂਦੀ ਆ ਠੀਕ ਆ ਇਹਦੇ ਅੱਜ ਦੀ 17 ਮਾਡਲ ਦਾ ਪਾ ਦਾਂਗੇ 20 ਮਾਡਲ ਦਾ ਤਾਂ ਠੀਕ ਹੀ ਹੋਣਾ ਆ ਵੀ ਜਨਰੇਟਰ ਮੰਨ ਲਾ ਲੱਗੇ ਤਿਆਰ ਕਰਨਾ ਹੈ ਜਨਰੇਟਰ ਲੱਗੇ ਤਿਆਰ ਕਰਨਾ ਠੀਕ ਆ ਹਾਂ ਤੇ ਲੇਲੈਂਡ ਦੇ ਇੰਜਣ ਪਰ ਲੇਲੈਂਡ ਦੇ ਇੰਜਣ ਦਾ ਕੰਬਾਈਨ ਦੇ ਇੰਜਣ ਤਾਰ ਕੇ ਲਿਆਂਦਾ ਜਦ ਹਾਂ ਹਾਂ ਸਪਰਾਂਜ ਮਸ਼ੀਨ ਦਾ ਲਿਆਏ ਤੇ ਆਪਾਂ ਦੋ ਪੱਖੇ ਲੈ ਕੇ ਆਏ ਬੜੇ ਮਸ਼ੀਨ ਨੂੰ ਪਾਉਂਦੇ ਆ ਠੀਕ ਆ ਆ ਪੱਖੇ ਵੀ ਪੱਖੇ ਜਾਂਦੇ ਆ ਇੰਜਣਾਂ ਨੂੰ ਪਾਉਣ ਠੀਕ ਆ ਬਾਈ ਠੀਕ ਆ ਇਹ ਚੱਲ ਇੱਕ ਤਾਂ ਐਮਪੀ ਭੇਜਣਾ ਅੱਛਾ ਇੱਕ ਐਮਪੀ ਉਹ ਬਾਈ ਦਾ ਫੋਨ ਆਇਆ ਤਾਂ ਬਾਈ ਦਾ ਫੋਨ ਆਇਆ ਤਾਂ ਇੱਕ ਆਪਣੀ ਮਸ਼ੀਨ ਨੂੰ ਪਾ ਲੈਣਾ ਪਹਿਲਾ ਲਿੰਕ ਤਾਂ ਤਿਆਰ ਹੋ ਜਾਊਗਾ ਇਹ ਹੁਣ ਵਾਲੀ ਮਾਡਲ ਨੂੰ ਪਾਉਣਾ ਇਹ 20 ਮਾਡਲ ਨੂੰ ਪਾਉਣਾ ਹੈ ਉਹ ਜਿਹੜੀ ਬਾਈ ਨੂੰ ਭੇਜਣਾ ਐਮਪੀ ਉਹ ਵੀ 20 ਮਾਡਲ ਨੂੰ ਮਸ਼ੀਨ ਨੂੰ 20 ਮਾਡਲ ਨੂੰ ਉਹਦੇ ਕੋਲ ਵੀ ਪ੍ਰੀ ਤੇ ਆ ਉਹਦੇ ਕੋਲ ਵੀ ਪ੍ਰੀ ਤੇ ਆ ਪੱਖਾ ਹੈ ਵੀ ਪਾਸੇ ਵੀ ਆ ਜੇ ਪੱਖਾ ਹੈ ਤਾਂ ਹੀ ਬਹੁਤ ਮਿਲਦੀ ਆ ਪੱਖੇ ਨੂੰ ਜਗਾੜਬਾਜ਼ੀ ਕੋਈ ਨਹੀਂ ਕਰਨੀ ਪੈਣੀ ਦੂਜਾ ਪੱਖਾ ਖੋਲੋ ਉਹੀ ਨਟਾਂ 'ਚ ਆ ਜਾਂਦਾ ਉਹੀ ਨਟਾਂ 'ਚ ਆ ਜਾਂਦਾ ਉਹੀ ਨਟਾਂ 'ਚ ਆ ਜਾਂਦਾ ਇਹ ਸਰਦੀ ਗਰਮੀਆਂ ਦੇ ਵਿੱਚ ਬਹੁਤ ਮੋਟਾ ਕਣਕ ਦੇ ਸੀਜ਼ਨ 'ਚ ਤਾਂ ਬਹੁਤ ਸੋਹਣਾ ਚੱਲਦਾ ਸਿੰਗਲ ਬੈਰਿੰਗ ਵਾਲਾ ਇਹਦਾ ਬੈਲ ਹਾਊਸਿੰਗ ਓਰੀਜਨਲ ਆ ਇਹਨੂੰ ਸਿੰਗਲ ਬੈਰਿੰਗ ਵਾਲਾ ਹੀ ਲਿਆ ਕੇ ਅਲਟਰਨੇਟਰ ਲਾਉਣਾ ਨਾਲੇ ਤਾਂ ਨੇੜੇ ਹੋ ਜਾਣਾ ਹਾਂ ਨਾਲੇ ਕਪਲੀਨ ਦਾ ਖਰਚਾ ਬਚ ਜਾਣਾ ਤੇ ਨਾਲੇ ਵਧੀਆ ਅਟੈਚ ਫਿਟਿੰਗ ਵਾਲਾ ਹੀ ਲਾਉਣਾ ਕੋਈ ਸੇਲ ਵਾਸਤੇ ਖੜਾ
ਜਨਰੇਟਰ ਇਸ ਟਾਈਮ ਸੇਲ ਵਾਸਤੇ ਅੱਜ ਇੱਕ 25 ਕੇਵੀ ਦਾ ਵੇਚਿਆ ਸਿੰਗਲ ਫੇਸ ਦਾ ਅੱਛਾ ਕ੍ਰੈਂਪਟਨ ਦੀ ਉਹਨੂੰ ਮੋਟਰ ਲੱਗੀ ਹੋਈ ਸੀ 407 ਦਾ ਇੰਜਨ ਦਾ ਟਾਇਰ ਹਿੱਸਾ ਕਮਾਣੀ ਵਧੀਆ ਲੱਗਿਆ ਹੋਇਆ ਠੀਕ ਆ ਉਹ ਵੇਚਿਆ फिर फोन करके गल कर लियो सीधी क्योंकि थोड़ा पता ही आ भीर पता वो सारा जनरेटर का तो क्या खर्चा आना क्या कुछ सब तो फिर पता नहीं भाई ना सीधा कनैक्ट कर दी दवाई भाई चमकौर आ गए थे दवाई लेने आए थे चीरी वाली बीमारी चल गई जी छोटे बूझे वाली इधर मिलो पहले भगो भाई भगू क्या बर्गर खाने आए भुख लगी मेरा हो गया पर है भगू पर अपना काम आ जिधर मर्जी जाइए भाई अं चमकौर जा गोलगप्पे पक्के आठे बर्गर पक्के रोपड़िया मजूरी ने पक्का चमकौर भाई गलबात बनी पी लाइटा बल्दिया दिखाई सू रात भी दिन दिया वीडियो तो बहुत देखिया साढ़िया रात दिया दिखाई सू अज आज भाई अमृतसर वाला ही काम होया बारे पूरा भाई आ डंगर सारे कि मिल गए बारह का अपन है सारे इंडिया का लसंस आल इंडिया परमिट भाई भाई इधर फास्ट फूड कौशल फास्ट फूड जूस बार हो रहे हैं तैयार भाई बहुत सही ला ना ये ना वो गोलगप्पे को भाई को भी बहुत है ना भाई को इधर ना भाई दुकान दूजिया घड़िया अगू कि 8 बज गए 8 बज गए ना साढ़े 8 बजने घर जाते हैं भाई थोनू घर जाके दिखाऊंगे दवाई जी लेके आती है उल्टी रोग से कि दवाई आ किन्ने की हैगी घर जाके दिखाने सू लाइट च क्योंकि हम मोटरसाइकिल बनी भी इतने घर जाके दिखावे लो जी भाई चमकौर तो घर आ गए थे घर आके रात तो नहीं रहा हो गया था सवेरे ब्लॉग बना लगे हम रात रह गया सीगा बचाले ब्लॉग भाई दवाई लेके आए थे भाई थोनू दस्या सीगा जिहड़ा झोना है छोटा बूझा हुंदा उहदी आ दवाई है भाई उहदी दिखाउंदे आ थोनू आ लियांदी आ इह अद्धा किलो कीले दी है भाई 300 रुपये की हूँ इहदे पर प्रिंट रेट तो 717 रुपये है तो यह 300 रुपये की कीले की दवाई आ दवाई भाई ये रिजल्ट बहुत वधिया पहला कई बंद ने पा ली ये आपां हुण लगे पाने तो वह कहिंदे वीर तीए दिन जिहड़ा छोटा बूझा चल पैंदा है ना जिहड़ा ज़्यादा ही छोटा वह तो भाई चलता नहीं है जिहड़ा नॉर्मल आ 25-30% वाला बूझा वह चल पैंदा तो तुसीं भी मेरा वीर पा के देखियो आह दवाई जरूर जिहड़े वीरां दे बीमारी आ ज़्यादातर देसी बीजा नूं बीमारी है भाई हाईब्रिडा नूं नहीं हैगी तो रिजल्ट बहुत वधिया ये तो उपर भी हैगी भी 450 रुपये की कीले की दवाई क्योंकि कई वीर कमेंटा जो फटकड़ी पा लो कुछ पा लो भीरे कोई फर्क नहीं पैंदा देसी नुकते जिहड़ा दवाई ने काम करना वह भीरे दवाई ने करना तो इधर भाई चिड़िया ने गाह पाया पाया पूरा देखो आ दो भाई चिड़िया लड़दिया नहीं दुनिया चिड़िया ना बड़े तोते देखो तो अपने चक इधर मारियाँ फिर ये लगिया वो भाई बिच बड़ी जी अंडे उंडे देने वास्ते बनिया हुई अपने देखो कि वधिया भाई गुल्ली डंडा खादियाँ ये ज़्यादातर
ਜਿਹੜਾ ਕਣਕ ਦਾ ਆਇਆ ਬੰਦਾ ਪਾਓ, ਗੁੱਜੀ ਡੰਡਾ ਰੱਖ ਲਈਦਾ, ਉਹ ਪਾ ਦਈਦਾ। ਇੱਧਰ ਬੈਠਾ ਸ਼ਿਕਾਰੀ ਬਈ, ਘੈਂਟ ਆਂਡੇ ਹਲੇ ਇਹਨਾਂ ਨੇ ਦਿੱਤੇ ਨਹੀਂ ਹੈਗੇ, ਖਾਲੀ ਹੋ ਪਏ ਆ। ਖੱਬਲ ਮੱਲਾ ਦੀ ਕੜਤਾ ਮੰਮੀ ਰਾਂ ਨੇ ਇਹਦੇ ਵਿੱਚ ਵੀ ਨਹੀਂ ਹੈਗੇ ਮੱਲਾ ਦੀ ਆਂਡੇ, ਖਾਲੀ ਹੋ ਹਲੇ ਆਂਡੇ ਨਹੀਂ ਬਾਈ ਹਲੇ ਆਏ। ਤੁਹਾਨੂੰ ਦਿਖਾਵਾਂਗੇ ਆਂਡੇ ਵੀ ਜਦ ਦਿੰਦੀ ਆ, ਸੱਤ ਸੱਤ ਅੱਠ ਅੱਠ ਇਕੱਠੇ ਹੋ। ਵੀਡੀਓ ਮੇਰੀ ਇੱਥੇ ਤੱਕ ਸੀਗੀ, ਮੇਰੀ ਵੀਡੀਓ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ, ਅਤੇ ਮਿਲਦੇ ਹਾਂ ਕੱਲ੍ਹ ਨੂੰ ਕਿਸੇ ਨਵੇਂ ਵਲੌਗ 'ਚ।